ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਪ੍ਰੋਡਿਊਸਰ DXX ਦੀ ਵੀਡੀਓ ਦਾ ਮੁੱਦਾ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰੋਡਿਊਸਰ DXX ਕੁਝ ਸਮਾਂ ਪਹਿਲਾਂ ਵੀ ਆਪਣੇ ਖੇਤੀਬਾੜੀ ਅਫਸਰਾਂ ਦੇ ਕੁਟਾਪੇ ਦੀ ਵੀਡੀਓ ਕਰਨ ਚਰਚਾ ਵਿੱਚ ਰਹਿ ਚੁੱਕੇ ਹਨ। ਹੁਣ ਇੱਕ ਵਾਰ ਫਿਰ ਉਹ ਇੱਕ ਵੀਡੀਓ ਦੇ ਟਾਈਟਲ ਕਰਕੇ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਆਓ ਜਾਣਦੇ ਹਾਂ ਉਹਨਾਂ ਦੀ ਨਵੀਂ ਵੀਡੀਓ ਦਾ ਸਾਰਾ ਮਾਮਲਾ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ। ਤੇਰੇ ਵਰਗੇ 50 ਕੁੱਤੇ ਜਿਨ੍ਹਾਂ ਦੇ ਹੱਥ 1500-1500 ਰੁਪਏ 1000-1000 ਰੁਪਏ ਦੇ ਪਾਉਣੇ ਆ ਤਾਂ ਉਹ ਇਹੋ ਜਿਹੀਆਂ ਬਕਵਾਸ ਨਹੀਂ ਕਰਦੇ। ਅਸੀਂ ਨਹੀਂ ਕਰਦੇ, ਤੇਰੇ ਘਰ ਧੀਆਂ ਭੈਣਾਂ ਨਹੀਂ ਗੀਆਂ, ਤੇਰੀ ਭੈਣ ਵੀ ਹੋਵੇਗੀ, ਤੇਰੀ ਮਾਂ ਵੀ ਹੋਵੇਗੀ, ਸਭ ਕੁਝ ਹੋਣੀ ਆ। ਰੋਟੀ ਖਾਣੇ ਆ, ਰੋਟੀ ਆਪਾਂ ਨੂੰ ਪਸੰਦ ਨਹੀਂ ਆਈ, ਰੋਟੀ ਤਾਂ ਪਸੰਦ ਨਹੀਂ ਆਈ, ਆਪਾਂ ਹੋਰ ਢਾਬੇ ਤੇ ਜਾ ਕੇ ਖਾ ਲਓ, ਠੀਕ ਹੈ? ਤੁਹਾਨੂੰ ਪਸੰਦ ਨਹੀਂ ਆਈ, ਰੋਟੀ ਵਧੀਆ ਨਹੀਂ ਬਣਾਉਂਦਾ। ਜੇ ਤੁਸੀਂ ਦੂਜੇ ਦਿਨ ਜਾ ਕੇ ਕਹੋਗੇ ਵੀ ਢਾਬੇ ਵਾਲਾ ਵੀ ਤੂੰ ਰੋਟੀ ਸਵਾਦ ਨਹੀਂ ਬਣਾਉਂਦਾ, ਤੂੰ ਐਂ ਕਰ ਇੱਥੇ ਐਂ ਕਰ, ਢਾਬੇ ਵਾਲਾ ਤੂੰ ਭੈਣ ਦੇ ਡਾਂਗ ਖਾਣੀ ਭੱਜ ਆਪਰੇ ਚੱਕਦੇ ਵੀ ਪ੍ਰੋਡਿਊਸਰਾਂ। ਨਾਲੇ ਤੁਹਾਨੂੰ ਪਤਾ ਹੈ ਵੀ ਵੀਡੀਓ 'ਚ ਗੰਦ ਹੈ, ਇਹਨਾਂ ਦਾ ਗਾਲਾਂ ਹੋਣਗੇ, ਤੁਸੀਂ ਕਿਉਂ ਦੇਖਦੇ ਹੋ, ਕਿਉਂ ਦੁਬਾਰੇ ਦੁਬਾਰੇ ਆਉਂਦੇ ਹੋ? ਨਾਲ ਤਾਂ ਪਰਾਹੁਣੇ ਨੂੰ ਅਨਫੋਲੋ ਨਹੀਂ ਕਰਦੇ, ਬਲੌਕ ਨਹੀਂ ਕਰਦੇ, ਨਾਲ ਤਾਂ ਲੈਣਾ ਸਵਾਦ, ਨਾਲੇ ਉਈ ਆਪਦੀ ਵੀ ਹਾਂ ਵੀ ਉਹ ਕੀ ਆ ਇਹ ਕੀ ਹੈ, ਪਰਾਹੁਣੇ ਦਾ ਜਿਹੜਾ ਫੜਨਾ ਘੁੱਟ ਕੇ ਹੀ ਕਰੂ ਮੈਂ ਤਾਂ ਭੈਣ ਲਾਉਂਦੇ ਸਾਂ ਆਦੀ ਭੈਣ ਦੇ ਪਾਲਾ ਇਹਨੇ ਗੰਦ ਪਾਤਾ ਕਤੀੜ ਨੇ, ਆਪਦੀ ਮਾਂ ਨੂੰ ਦਿਖਾਵੇ, ਆਪਦੀ ਭੈਣ ਨੂੰ ਦਿਖਾਵੇ, ਆਪਦੇ ਰਿਸ਼ਤੇਦਾਰਾਂ ਨੂੰ ਦਿਖਾਵੇ। ਪ੍ਰੋਡਿਊਸਰ DXX ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵੀਡੀਓ ਦਾ ਟਾਈਟਲ ਸ਼ਾਇਦ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ ਅਤੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪ੍ਰੋਡਿਊਸਰ DXX ਵਾਲੇ ਕਾਫੀ ਕੁਝ ਬੋਲਿਆ ਗਿਆ। ਇਹ ਮੁੱਦਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਅੱਜ ਜਗਦੀਪ ਰੰਧਾਵਾ ਨੇ ਲਾਈਵ ਹੋ ਕੇ ਪ੍ਰੋਡਿਊਸਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਆਓ ਦੇਖਦੇ ਹਾਂ ਇਹ ਸਾਰੀ ਵੀਡੀਓ। ਤੂੰ ਅਮਰੀਕਾ 'ਚ ਰਹਿਣਾ ਯਾਰ, ਸਿੱਧਾ ਕਹਿੰਦਾ ਮੁੰਨ ਲਓ, ਐਂ ਕਰ ਲਓ, ਗੁਰਤੰਗਾ ਤੋਂ ਬਾਲ ਮੁੰਨ ਲਓ, ਇਹੋ ਜਿਹਾ ਕਿਤੇ ਦੇਖਿਆ ਸੀਗਾ ਕੰਮ? ਆਪਦੀ ਮਾਂ ਨੂੰ ਦਿਖਾਵੇ, ਆਪਦੀ ਭੈਣ ਨੂੰ ਦਿਖਾਵੇ, ਆਪਦੇ ਰਿਸ਼ਤੇਦਾਰਾਂ ਨੂੰ ਦਿਖਾਵੇ। ਫਿਰ ਇੱਕ ਗੱਲ ਹੋਰ ਸੁਣ ਲਓ, ਕੋਟਦੂ ਨੇ ਪਿੰਡ ਦੀ ਮੈਂ ਕਮਾਲ ਮੰਨੀ ਜਾਂਦਾ ਯਾਰ, ਕੋਟਦੂ ਨੇ ਪਿੰਡ 'ਚ ਕੋਈ ਮੈਂਬਰ ਸਰਪੰਚ ਜਾਂ ਪਿੰਡ ਇਹਨਾਂ ਨੂੰ ਕੁਛ ਕਹੀ ਨਹੀਂ ਕਹਿੰਦੇ ਹੀ ਨਹੀਂ ਯਾਰ, ਇੱਕ ਤੀੜਾ ਨੂੰ ਘੇਰ ਕੇ ਪੁੱਛੋ, ਫਿਰ ਲੋਕ ਇਹਨਾਂ ਨੂੰ ਸਨਮਾਨ 'ਤੇ ਸੱਦੀ ਜਾਂਦੇ ਆ। ਲਾ ਫਰੀਦਕੋਟ ਸਕੂਲ 'ਚ ਸੱਦ ਲਏ, ਜੁਨੀਆਂ ਨਾਲ ਨੇ ਸੱਦ ਲਏ, ਜੁਨੀਆਂ ਨਾਲਾਂ ਨਾਲ ਵੀ ਮੇਰੀ ਗੱਲ ਹੋਈ ਆ ਵੀ ਇਹ ਸਾਰਾ ਕੁਛ ਭੱਠਾ ਬਹਾਈ ਤੁਰੇ ਜਾਂਦੇ ਆ, ਇਹਨਾਂ ਨੂੰ ਸਨਮਾਨ 'ਤੇ ਸੱਦੀ ਜਾਂਦੇ ਆ। ਸਨਮਾਨ ਨੂੰ ਇਹ ਭਗਤ ਸਿੰਘ ਇਹਨਾਂ ਨੇ ਕੀ ਕੁਰਬਾਨੀ ਦਿੱਤੀ ਆ, ਸਨਮਾਨ 'ਤੇ ਸੱਦੀ ਜਾਂਦੇ ਆ। 24 ਘੰਟੇ ਗਾਲਾਂ, ਜ਼ਿਆਦਾ ਪ੍ਰੋਡਿਊਸਰਾਂ ਮੰਗ ਜਾ ਮਾਫ਼ੀ, ਨਹੀਂ ਕੰਮ ਵਧੂਗਾ। ਮਾਂ ਦੀ ਗੱਲ ਕਰਤੀ, ਭੈਣ ਦੀ ਕਰਤੀ, ਫਿਰ ਜਮੀ ਸੱਦ ਜਮੀ ਹੱਦ ਕਰਤੀ। ਹੁਣ ਵੀਡੀਓ ਨਾ ਡਿਲੀਟ ਕਰਦਾ ਨਾ, ਗੁਪਤੰਗਾ ਤੋਂ ਕਹਿੰਦਾ ਮੁੰਨ ਲਓ, ਕੀ ਮੁੰਨ ਲਓ, ਤੇਰੇ ਮਾਂ ਭੈਣ ਹੈ ਨਹੀਂ, ਤੂੰ ਆਪਣੀਆਂ ਮਾਵਾਂ ਭੈਣਾਂ ਦਿਖਾ। ਫਿਰ ਇਹ ਕਹਿੰਦਾ ਕਟਰੀਨਾ ਕੈਫ 'ਤੇ ਬਰਿਸ਼ਤਾ ਕੱਟ ਪਾਉਣਾ ਸੀ, ਇਹ ਕਹਿੰਦਾ ਇਹਨੂੰ ਪੁੱਛਣ ਵਾਲਾ ਹੋਵੇ, ਆਪਦੀ ਭੈਣ ਦੇ ਪਾਲਾ ਬਰਿਸ਼ਤਾ ਕੱਟ, ਇਹਨੇ ਗੰਦ ਪਾਤਾ ਕਤੀੜ ਨੇ, ਮੇਰੇ ਨਾਲ ਮੈਂ ਬੋਲਣਾ ਨਹੀਂ ਚਾਹੁੰਦਾ, ਮੇਰੇ ਨਾਂ 'ਤੇ ਸਟੋਰੀਆਂ ਹੀ ਪਾਉਣ ਲੱਗ ਗਿਆ। ਹੁਣ ਮੈਂ ਕੀ ਕਰਾਂ ਯਾਰ, ਬਾਹਰਲੇ ਦੇਸ਼ਾਂ ਵਾਲੇ ਵੀਡੀਓ ਪਾ ਰਹੇ ਆ, ਲੋਕ ਮੈਸੇਜ ਕਰ ਰਹੇ ਆ ਵੀ ਰੰਧਾਵਾ ਹਰੇਕ ਮੁੱਦੇ 'ਤੇ ਬੋਲਦਾ, ਹਰੇਕ ਮੁੱਦੇ 'ਤੇ ਬੋਲਦਾ, ਜ਼ੁਲਮ ਵਿਰੁੱਧ ਇੰਨਾ ਵਿਰੁੱਧ ਕਿਉਂ ਨਹੀਂ ਬੋਲਦਾ? ਮੈਂ ਸਿਆਣਾ 'ਤੇ ਚੰਗਾ ਨਹੀਂ ਬਹੁਤ ਹੈਗਾ, ਪਰ ਮੈਂ ਬੋਲਿਆ ਕਿਉਂ, ਮੈਨੂੰ ਬੋਲਣਾ ਮਜਬੂਰੀ ਹੋ ਗਈ। ਹੁਣ ਰਾਮਣਵਾਸ ਪਿੰਡ ਨੇ ਵਿਰੋਧ ਕੀਤਾ, ਰਾਮਣਵਾਸ ਦੇ ਪਿੰਡ ਦੇ ਨਾਲ ਆ ਮੈਂ, ਇਹਨਾਂ ਦਾ ਪਰਚਾ ਕਰਾਓ। ਇਹ ਕੋਈ ਪਤਾ ਨਹੀਂ ਜ਼ਿੰਦਗੀ 'ਚ ਮੈਥੋਂ ਵੀ ਗਲਤੀ ਹੋ ਜਾਂਦੀ ਹੈ, ਮੈਨੂੰ ਐਂ ਨਹੀਂ ਪਤਾ ਜੇਲ੍ਹ ਜਾਣਾ ਪੈ ਜੇ, ਪਰ ਜਿਵੇਂ ਇਹਨਾਂ ਨੇ ਗੰਦ ਪਾਇਆ ਗਾ, ਜੋ ਤੁਹਾਡੀਆਂ ਸਾਫ਼ ਵੀਡੀਓ ਚੱਲ ਰਹੀਆਂ, ਤੁਹਾਨੂੰ ਯੂਟਿਊਬ ਪੈਸੇ ਦੇ ਰਿਹਾ, ਮੈਂ ਨਹੀਂ ਚੈਨਲ ਬਣਾ ਸਕਦਾ, ਯੂਟਿਊਬ ਦਾ ਮੈਨੂੰ ਸਾਰਾ ਕੁਝ ਪਤਾ ਗਾ ਬਾਈ, ਮੇਰੇ 'ਤੇ ਇਹ ਇੰਸਟਾਗ੍ਰਾਮ 'ਤੇ ਸਟੋਰੀਆਂ ਪਾ ਰਹੇ ਸੀ, ਮੈਨੂੰ ਅੱਕੇ ਮੈਨੂੰ ਬੋਲਣਾ ਪਿਆ ਵੀ ਮੈਂ ਬਹੁਤ ਸਿਆਣਾ ਨਹੀਂ ਹੈਗਾ ਅਤੇ ਵੀ ਮੈਂ ਵੀ ਕੋਈ ਬਹੁਤ ਚੰਗਾ ਨਹੀਂ, ਪਰ ਇਹਨਾਂ ਨੇ ਤਾਂ ਗੰਦ ਪਾ ਰਿਹਾ, ਹੱਦੋਂ ਹੀ ਪਾਰ ਕਰ ਗਏ ਲਾ। ਇਹੋ ਜਿਹੀਆਂ ਵੀਡੀਓ ਆਉਂਦੀਆਂ ਹੁੰਦੀਆਂ ਹਨ ਯੂਟਿਊਬ ਤੋਂ ਡਿਲੀਟ ਕਰਕੇ, ਜਾਂ ਤਾਂ ਇਹਨਾਂ ਤੋਂ ਮਾਫ਼ੀ ਮੰਗਾਓ, ਜਾਂ ਇਹਨਾਂ ਨੂੰ ਕਹੇ ਕੰਮ ਛੱਡੋ। ਇਹਨਾਂ ਨੇ ਤੁਸੀਂ ਅਜੇ ਫੇਸਬੁੱਕ ਦੇਖੀ ਜਾਂਦੇ ਹੋ, ਇੰਸਟਾਗ੍ਰਾਮ 'ਤੇ ਸਨੈਪਚੈਟ 'ਤੇ ਨਹੀਂ ਜਾਂਦੇ, ਉੱਥੇ ਤਾਂ 2-2 ਮਿੰਟਾਂ ਬਾਅਦ ਸਟੋਰੀਆਂ ਪਾਈ ਜਾਂਦੇ, ਇਹ ਹੁਣ ਵੀ ਪਾ ਰਹੇ ਆ, ਇਸ ਟਾਈਮ ਡਰ ਨਹੀਂ ਰਹੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ। ਹੁਣ ਵੀ ਇਹ ਕਹਿੰਦੇ ਕਲਚਰ ਆ, ਇਹ ਕਹਿੰਦੇ ਆ ਕਿ ਗਾਲਾਂ ਕੱਢਣੀਆਂ ਪੰਜਾਬੀਆਂ ਦਾ ਕਲਚਰ ਆ। ਫਿਰ ਸੁਰਜੀਤ ਪਾਤਰ ਨੂੰ ਗੌਰਮੈਂਟ 1,00,000 ਰੁਪਏ ਮਹੀਨੇ ਦਾ ਕਿਉਂ ਦੇ ਰਹੀ ਆ ਪੰਜਾਬੀ ਮਾਂ ਬੋਲੀ ਬਚਾਉਣ ਖਾਤਰ? ਕਿਉਂ ਲੱਖੇ ਸਲਾਣੇ ਵਰਗੇ ਬੋਰਡਾਂ 'ਤੇ ਰੰਗ ਮਾਰ ਰਹੇ ਆ ਪੰਜਾਬੀ ਮਾਂ ਬੋਲੀ ਬਚਾਉਣ ਖਾਤਰ, ਜੇ ਆਪਣਾ ਗਾਲਾਂ ਕਲਚਰ ਆ? ਇਹਨਾਂ ਨੇ ਗੰਦ ਪਾਤਾ ਯਾਰ, ਕਤੀੜ ਨੇ ਕੋਈ ਘੇਰ ਕੇ ਨਹੀਂ ਪੁੱਛਦਾ,
ਚਾਚਾ ਬਹੁ, ਚਾਚਾ ਬਹੁ ਸਾਰੀ ਦੁਨੀਆ ਕਰੀ ਜਾਂਦੀ ਆ। ਚਾਚਾ ਬਹੁ ਦਾ ਕੀ ਮਤਲਬ ਆ? ਇਹਨਾਂ ਨੇ ਜੱਟ ਤੇ ਸੀਰੀ ਦਾ ਇੱਕ ਪਾੜਾ ਪਾਤਾ, ਜੱਟ ਤੇ ਸੀਰੀ ਦਾ, ਕਿਉਂਕਿ ਇਹ ਮਜ਼੍ਹਬੀ ਸਿੱਖਾਂ ਦੀ ਰੀਸ ਲਾਉਂਦੇ ਆ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਾਤੀਵਾਦ ਖੜਾ ਕਰ ਰਹੇ ਆ, ਵੀ ਮਜ਼੍ਹਬੀ ਸਿੱਖ ਨਾਲ ਵਿਰੋਧ ਨਹੀਂ ਕਰ ਰਹੇ। ਚਾਚਾ ਬਹੁ ਦਾ ਮਤਲਬ ਕੀ ਆ? ਇਹ ਮਜ਼੍ਹਬੀ ਸਿੱਖਾਂ ਦੀ ਰੀਸ ਲਾ ਰਹੇ ਆ, ਇੱਕ ਜਾਤੀਵਾਦ ਖੜਾ ਕਰ ਰਿਹਾ, ਗਾਹਾਂ ਨੂੰ ਕੋਈ ਸੀਰੀ ਲਾਉਣ ਜੋਗਰਾ ਨਹੀਂ ਰਹਿਣਾ। ਇਹਨਾਂ ਨੇ ਗੰਦ ਪਾਤਾ। ਜੇ ਤੁਹਾਨੂੰ ਯੂਟਿਊਬ ਤੋਂ ਪੈਸੇ ਬਣਦੇ ਤੁਹਾਡੀਆਂ ਚੰਗੀਆਂ ਫਿਲਮਾਂ ਚੱਲਦੀਆਂ, ਤੁਹਾਨੂੰ ਮਾੜੀਆਂ ਕੱਢਣ ਦੀ ਕੀ ਲੋੜ ਆ? ਇਹ ਕਤੀੜ ਪਤਾ ਨਹੀਂ ਕਿੱਥੋਂ ਦੀ ਆ ਯਾਰ, ਬਰਨਾਲਾ ਜ਼ਿਲ੍ਹਾ ਦੱਸਦੇ ਇਹਨਾਂ ਦਾ ਕੋਟ ਦਿੰਦਾ ਪਿੰਡ ਆ। ਕਤੀੜਾ ਨੇ ਗੰਦ ਪਾਤਾ। ਵੀ ਜੇ ਤੂੰ ਵੱਡੇ ਪਹਿਲੀ ਹੋ, ਕੋਈ ਸਮਾਜ ਸੇਵਾ ਕਰ ਲਓ, ਬੋਲ ਪੋ ਕਤੀੜਾ, ਇਹ ਕੰਮਾਂ 'ਤੇ ਬੋਲਣਾ? ਧੀਆਂ ਭੈਣਾਂ ਦੀ ਕੋਈ ਸ਼ਰਮ ਨਹੀਂ, ਤੁਹਾਡਾ ਕੋਈ ਰਿਸ਼ਤੇਦਾਰ ਹੈ ਨਹੀਂ ਕੋਟ ਦਿੰਦਾ ਪਿੰਡ ਦੀ ਕਮਾਲ ਆ ਯਾਰ, ਕੋਈ ਮੈਂਬਰ ਸਰਪੰਚ ਹੈ ਨਹੀਂ? ਮੈਂ ਤਾਂ ਕੋਟ ਦਿੰਦੇ ਪਿੰਡ 'ਤੇ ਇੱਕ ਗੱਲ ਹੋਰ ਹੈਰਾਨ ਆ। ਇਹਨਾਂ ਦੀ ਇੱਕ ਵੀਡੀਓ ਬਣਾਈ ਇਹਨਾਂ ਨੇ, ਆਹ ਜਿਹੜੀ ਹੁਣ ਆਈ ਆ, ਉਹ ਗੁਰਤੰਗਾ ਤੋਂ ਬਾਲ ਮੁੰਨਣ ਵਾਲੀ, ਉਹਦੇ 'ਚ ਇੱਕ ਬੁੜਾ ਬੈਠਾ ਸੱਥ 'ਚ, ਇਹ ਬੋਲਦੇ ਆ ਉਹ ਵੀਡੀਓ 'ਚ ਵਾਲਾਂ ਦਾ ਕੰਮ ਕਰਾਉਣਾ। ਉਹ ਬੁੜਾ ਪਤਾ ਬੋਲਦਾ ਜਰਦਾ ਮਿਲੀ ਜਾਂਦਾ, ਕਹਿੰਦਾ ਮੈਂ ਵੀ ਨਾਲ ਚੱਲਾਂ ਯਾਰ, ਪਿੰਡ ਦੀ ਆਵਾ ਉੱਤਾ ਪਿਆ ਯਾਰ। ਇੱਕ ਤੀੜਾ ਨੇ ਗੰਦ ਪਾਤਾ, ਅਤੇ ਮੇਰੀ ਗੱਲ ਸੁਣ, ਮੈਂ ਬੋਲਣਾ ਨਹੀਂ ਚਾਹੁੰਦਾ ਜੀ, ਪਰ ਮੇਰੇ ਵਿਰੁੱਧ ਸਟੋਰੀਆਂ ਪਾਉਣ ਲੱਗੇ, ਮੈਂ ਤਾਂ ਬੋਲਿਆ। ਹੁਣ ਤੁਸੀਂ ਇਹਨਾਂ ਨਾਲ ਡਰਦਾ ਡੁਰਦਾ ਕੋਈ ਨਹੀਂ, ਜਿੱਦੇ ਮਰਜ਼ੀ ਦੇਖ ਲੈਣਾ। ਮੈਂ ਕਿਉਂ ਬੋਲਿਆ? ਕਾਰਨ ਇਹ ਸੀ, ਮੈਂ ਤਾਂ ਨਹੀਂ ਬੋਲਦਾ ਸੀ ਇਹਨਾਂ 'ਤੇ ਹੁਣ ਤੱਕ, ਵੀ ਯਾਰ ਮੈਂ ਉੱਥੇ ਵੀਡੀਓ 'ਚ ਕੀ ਨਾ ਲਊਂ, ਵੀ ਕੀ ਮੁੰਨਣ ਵਾਲਾ ਕਹਿੰਦੇ ਆ, ਕੀ ਗੰਦ ਬੋਲਦੇ ਆ, ਕੀ ਮਾਵਾਂ ਭੈਣਾਂ ਦੀਆਂ ਗੱਲਾਂ ਕਰਦੇ, ਇਹਨਾਂ ਨੇ ਬੋਲੀਏ ਕਿਵੇਂ? ਹੁਣ ਮੇਰੀ ਮੇਰੀ ਗੱਲ ਸੁਣੋ, ਮੇਰਾ ਚੈਨਲ ਜਾਂ ਜੇ ਮੈਨੂੰ ਇਹ ਗਾਲਾਂ ਕੱਢ ਕੇ ਵੀਡੀਓ ਪਾਉਣਗੇ, ਮੈਂ ਇਹਨਾਂ ਦਾ ਕੋਈ ਜਵਾਬ ਨਹੀਂ ਦੇਣਾ, ਇਹਨਾਂ ਨੂੰ ਊਂ ਦੱਸਣਾ ਗਾ, ਕਿਉਂਕਿ ਹੁਣ ਇਹ ਮਸੂਰੀ ਲੈਣ ਦੇ ਮਾਰੇ ਮੇਰੇ ਵਿਰੁੱਧ ਵੀਡੀਓ ਪਾ ਸਕਦੇ ਆ। ਜਿਹੜਾ ਰਾਮਣ ਬਾਸ ਪਿੰਡ ਨੇ ਧਰਨਾ ਲਾਇਆ ਪਰਚਾ ਕਰਾਉਣ ਨੂੰ, ਕਹਿੰਦੇ ਆ ਉਹ ਪਿੰਡ ਦੇ ਨਾਲ ਆ, ਪਿੰਡ ਵਾਲਿਆਂ ਨਾਲ ਮੇਰੀ ਗੱਲ ਵੀ ਹੋ ਗਈ, ਉਹਨਾਂ ਦਾ ਮੈਂ ਨਾਲ ਖੜਾਂਗਾ, ਇਹਨਾਂ ਦਾ ਪਰਚਾ ਕਰਾਓ, ਇਹਨਾਂ ਦਾ ਜੂਤ ਫੇਰੋ। ਕੀ ਯਾਰ ਇਹਨਾਂ ਰਿਸ਼ਤੇਦਾਰਾਂ ਨੂੰ, ਮੈਨੂੰ ਤਾਂ ਯਾਰ ਹੈਰਾਨਗੀ ਆ ਵੀ ਇਹਨਾਂ ਦੇ ਰਿਸ਼ਤੇਦਾਰ ਕਹੇ ਆ, ਮੈਨੂੰ ਰੋਕ ਨਹੀਂ ਰਹੇ ਨਾ ਪਿੰਡ ਵਾਲੇ। ਹਾਂ ਸਨੈਪਚੈਟ ਅਤੇ ਇੰਸਟਾਗ੍ਰਾਮ ਤੁਸੀਂ ਬਹੁਤ ਘੱਟ ਚਲਾਉਂਦੇ ਆ, ਉੱਥੇ ਅੱਜ ਵੀ ਤੜਕਦੇ ਆ 10 ਗਾਲਾਂ ਕੱਢ ਹਟੇ ਇਹ, ਮੈਨੂੰ ਵੀ ਇਹਨਾਂ ਨੇ ਗਾਲਾਂ ਕੱਢ ਕੇ ਸਟੋਰੀ ਡਿਲੀਟ ਕਰ ਦਿੰਦੇ ਆ, ਇਹ ਦੇਖਣਾ ਸਿੱਧਾ ਦੇਖ ਲਓ। ਇਹ ਯਾਰ ਗੰਦ ਇਕੱਠੇ ਹੋਏ ਹੋਏ ਆ, ਮੈਂ ਕੋਈ ਬਾਹਲਾ ਸਿਆਣਾ ਦਾ ਚੰਗਾ ਨਹੀਂ, ਪਰ ਇਹਨਾਂ ਨੂੰ ਗੰਦਾਂ ਨੂੰ ਰੋਕਣ ਦੀ ਲੋੜ ਆ। ਸੂਰਵੀਰਾਂ ਦੀ ਧਰਤੀ ਆ, ਇੱਥੇ ਅਬਦਾਲੀ ਵਰਗੇ, ਮੱਥੇ ਰੰਗੜ ਵਰਗੇ ਚੱਕਤੇ ਲੋਕਾਂ ਨੇ, ਇੰਦਰਾ ਚੱਕਤੀ, ਠੀਕ ਆ, ਭਿੰਡਰਾਂ ਵਾਲਾ ਇੱਥੇ ਰਿਹਾ ਗਾ, ਪਰ ਆਹ ਕੀ ਕਤੀੜ ਜੰਮ ਪਈ ਯਾਰ, ਐਂ ਗੰਦ ਪਾਈ ਜਾਂਦਾ ਪੰਜਾਬ 'ਚ, ਮੇਰਾ ਬਲੱਡ ਵਧਿਆ ਪਿਆ ਯਾਰ, ਵੀ ਕਮਾਲ ਆ ਯਾਰ, ਕੋਈ ਰੋਕਣ ਵਾਲਾ ਨਹੀਂ। ਸਰਪੰਚ ਉਹਦੇ ਨਾਲ ਆ, ਫਿਰ ਬਹੁਤ ਠੀਕ ਆ, ਬਹੁਤ ਚੰਗਾ ਕੰਮ ਕਰਾ ਰਿਹਾ ਯਾਰ, ਪਿੰਡਾਂ ਦੇ ਪਿੰਡ ਉੱਠ ਕੇ ਇਹਨਾਂ ਦਾ ਵਿਰੋਧ ਕਰੋ, ਇਹਨਾਂ ਨੂੰ ਸਨਮਾਨਿਤ ਕਰੀ ਜਾਂਦੇ ਆ, ਲਾ ਕਮਾਲ ਆ। ਉਹ ਉੱਥੇ ਜੁਨੀਆਂ ਵਾਲਿਆਂ ਨੇ ਸਾਧ ਲਿਆ, ਮੇਰੀ ਜੁਨੀਆਂ ਵਾਲਿਆਂ ਨਾਲ ਗੱਲ ਹੋਈ, ਉਹ ਕਹਿੰਦੇ ਬਾਈ ਸਾਨੂੰ ਨਹੀਂ ਪਤਾ ਸੀ ਕਿ ਸੰਗਰੂਰ ਤੋਂ ਧਮਾਣ ਉਹਨਾਂ ਨਾਲ ਲਾਇਵ ਹੋ ਗਏ, ਧਮਾਣ ਕਹਿੰਦਾ ਧਮਾਣ ਨਾਲ ਮੇਰੀ ਗੱਲ ਹੋਈ, ਉਹ ਕਹਿੰਦਾ ਮੈਨੂੰ ਤਾਂ ਇਹਨਾਂ ਦਾ ਪਤਾ ਹੀ ਨਹੀਂ ਸੀ ਵੀ ਇਹ ਕਤੀੜਾ ਇਹੋ ਜਿਹਾ ਕੰਮ ਕਰਦੀਆਂ, ਉਹੀ ਲਾਈਵ ਕਰ ਲਿਆ ਧੱਕੇ ਨਾਲ, ਕਹਿੰਦੀ MP ਨਾਲ ਬਹਿ ਜੇ, ਮੈਂ ਤਾਂ ਇਹਨਾਂ ਨੂੰ ਘੇਰੂ ਜਿੱਥੇ ਮਿਲ ਗਏ, ਮੈਂ ਤਾਂ ਇਹਨਾਂ ਨੂੰ ਦੱਸੂ ਵੀ ਇਹ ਐਂ ਗੰਦ ਪਾਈਦੇ ਹੁੰਦੇ ਆ। ਕਹਿੰਦੇ ਕਲਚਰ ਆ, ਪੰਜਾਬੀ ਮਾਂ ਬੋਲੀ 'ਚ ਲੋਕ ਪੈਸੇ ਕੱਢ ਰਹੇ, ਤੁਸੀਂ ਕਲਚਰ ਕਹਿ ਰਹੇ ਹੋ ਯਾਰ, ਗਾਲਾਂ ਕੱਢਣਾ ਕਲਚਰ ਆ? ਉਹ ਕੋਈ ਚੀਜ਼ ਦੀ ਪ੍ਰਾਈਵੇਸੀ ਵੀ ਹੁੰਦੀ ਆ, ਤੁਸੀਂ ਤਾਂ ਸਿੱਧੇ ਕਹਿੰਦੇ ਮੁੰਨਣ ਵਾਲੇ ਲਾ, ਕੀ ਮੁੰਨ ਲਓ ਗੌਤੰਗਾਂ ਤੋਂ ਲਾ, ਉਹ ਯਾਰ ਜਿਹੜੇ ਪੜ੍ਹੇ ਲਿਖੇ ਇਨਸਾਨ ਇੰਜੀਨੀਅਰ ਉਹ ਕੀ ਸੋਚਦੇ ਹੋਣਗੇ ਯਾਰ, ਵੀ ਆਹ ਪੇਂਡੂ ਗੰਦ ਪਾਉਣ ਵਾਲੇ ਪੇਂਡੂ ਯਾਰ, ਕੀ ਫੇਸਬੁੱਕ ਨੂੰ ਬਣਾਤਾ, ਕੁੜੀਆਂ 'ਤੇ ਕੀ ਅਸਰ? ਜਿਹੜੇ ਹੁਣ ਜਵਾਕ ਆ ਉਹ ਇੱਕ ਕੋਰਾ ਕਾਗਜ਼ ਹੁੰਦਾ, ਉਹਨਾਂ 'ਤੇ ਕੀ ਅਸਰ ਪਊ ਤੁਹਾਡਾ, ਕਿੰਨਾ ਗੰਦ ਪਾਇਆ ਤੁਸੀਂ, ਕਮਾਲ ਆ ਯਾਰ। ਆਹ ਮੇਰੀ ਵੀਡੀਓ ਵਧੀਆ ਲੱਗਿਆ ਸ਼ੇਅਰ ਕਰ ਦਿਓ, ਨਹੀਂ ਡਿਲੀਟ ਕਰ ਦਿਓ ਯਾਰ, ਪਰ ਸਾਰੇ ਪੰਜਾਬ 'ਚ ਪਹੁੰਚਣੀ ਚਾਹੇ। ਇਹ ਕਤੀੜਾਂ ਨੂੰ ਰੋਕੋ, ਕਿਵੇਂ ਮਰਜ਼ੀ ਰੋਕੋ, ਇਹਨਾਂ ਦਾ ਗੰਦ ਪਾਤਾ, ਭੱਠਾ ਵਹਾਤਾ ਪੰਜਾਬ ਦਾ, ਹੁਣ ਵੀ ਸਟੋਰੀਆਂ ਮਾਵਾਂ ਭੈਣਾਂ ਦੀਆਂ ਗਾਲਾਂ, ਕੋਈ ਰੋਕ ਨਹੀਂ ਰਿਹਾ ਥੱਲੇ, ਮੈਨੂੰ ਸਮਝ ਨਹੀਂ ਆਉਂਦੇ, ਕਮੈਂਟ ਕਰੀ ਨਾ ਥੱਲੇ ਸਿਰਾ ਵੀ ਚੱਕਦੇ ਵੀ ਪ੍ਰੋਡਿਊਸਰਾ, ਐਂ ਕਰੋ ਜਿਹੜੇ ਬੰਦੇ ਕਮੈਂਟ ਕਰਦੇ ਆ ਬੇਸ਼ੱਕ ਮੈਨੂੰ ਗਾਲਾਂ ਹੀ ਕੱਢੋ, ਉਹ ਜਿਹੜਾ ਮੈਂ ਵੀ ਬੇਸ਼ੱਕ ਹੋਵਾਂ, ਆਪਾਂ ਕਮੈਂਟ ਕਰਨ ਵਾਲੇ ਆਪਣੀਆਂ ਮਾਵਾਂ ਭੈਣਾਂ ਨੂੰ ਇਹ ਵੀਡੀਓ ਦਿਖਾ ਸਕਦੇ ਹਾਂ। ਇੱਕ ਸਿਆਣਾ ਬੰਦਾ ਸੀਗਾ, ਅਸੀਂ ਹਾਂ ਮੋਗੇ ਪਿੰਡ ਖੜ੍ਹੇ ਸੀ, ਇੱਕ ਸਿਆਣਾ ਬੰਦਾ ਸੀ ਸੱਥ 'ਚ ਖੜ੍ਹੇ, ਉੱਥੇ ਅਸੀਂ ਬੋਲੀ ਜਾਈਏ, ਅਤੇ ਉਹ ਮੋਬਾਈਲ ਕੱਢੀ ਬੈਠਾ ਫੇਸਬੁੱਕ 40 ਸਾਲਾਂ ਦਾ, ਉਹ ਐਂ ਚਲਾਈ ਜਾਵੇ। ਜਦੋਂ ਚਲਾਇਆ ਇਹਦੀ ਭਾਈ ਸਾਹਿਬ ਦੀ ਇੱਕ ਵੀਡੀਓ ਆ ਗਈ ਪ੍ਰੋਡਿਊਸਰ ਦੀ ਮੂਹਰੇ, ਜਿਹਦੇ 'ਚ ਕਹੀ ਜਾਂਦਾ ਮੇਰਾ ਆਹ ਫੜ ਲਓ, ਮੈਨੂੰ ਨਾ ਦੇਖੋ, ਮੈਂ ਐਂ ਕਰੋ। ਉਹ ਬੰਦਾ ਇੰਨਾ ਬਸਰਮ ਹੋਇਆ, ਉਹ ਐਂ ਬੰਦ ਕਰੀ ਜਾਵੇ ਮੋਬਾਈਲ, ਐਂ ਬੰਦ ਕਰੀ ਜਾਵੇ, ਉਹਨੂੰ ਐਂ ਸਾਥ ਉਹ ਸ਼ਰਮ ਮੰਨੀ ਜਾਵੇ ਵੀ ਆਹ ਮੁੰਡੇ ਖੜ੍ਹੇ ਯਾਰ ਕੋਲੇ, ਇਹ ਕਤੀੜਾ ਜਮਾ ਸਿਰੇ ਦੀ। ਕੱਲ੍ਹ ਦਾ ਲੱਗਿਆ ਇੰਸਟਾਗ੍ਰਾਮ 'ਤੇ ਸਟੋਰੀਆਂ ਪਾਉਣ, ਕਤੀੜਾ ਦੱਸੀ ਕੀ ਕਹਿੰਦੇ ਬਈ ਕਮੈਂਟਾਂ 'ਚ? ਚਾਚਾ ਬਹੁ ਕਹੇ ਹਾਂ ਪ੍ਰੋਡਿਊਸਰ ਬਹੁ ਸਿਰਾ, ਚਾਚਾ ਬਹੁ ਬਾਈ, ਉਹ ਗਰਜੰਟ ਸੋਹਣੀ ਆਸਟ੍ਰੇਲੀਆ ਵਾਲਾ, ਉਹ ਸਿੰਗਰ ਨੂੰ ਘੇਰ ਲਿਆ, ਉਹਨੂੰ ਘੇਰ ਲਿਆ, ਆਹ ਸਾਰਿਆਂ ਨੂੰ ਵੱਡਾ ਗੰਦ ਆ, ਗਰਜੰਟ ਘੇਰੇ ਇਹਨਾਂ ਨੂੰ, ਪਾਵੇ ਨਾ ਹੁਣ ਵੀਡੀਓ, ਇਹਨਾਂ ਤੋਂ ਡਰਦਾ ਨਹੀਂ ਬੋਲਦਾ, ਕੱਢ ਲੈਣ ਦੇ ਇਹਨਾਂ ਨੂੰ ਗਾਲਾਂ ਯਾਰ, ਮਾਵਾਂ ਭੈਣਾਂ ਦੀ ਅੱਗੇ ਕੱਢਦੇ ਨਹੀਂ, ਇਹਨਾਂ ਨੂੰ ਘੇਰਾਂਗੇ ਇਸ ਤੋਂ ਬਾਅਦ, ਇਸ ਤੋਂ ਬਾਅਦ ਮੇਰੀ ਕੋਈ ਵੀਡੀਓ ਨਹੀਂ ਆਉਂਦੀ, ਇਸ ਤੋਂ ਬਾਅਦ ਇਹਨਾਂ ਨੂੰ ਊਂ ਦੇਖਾਂਗੇ ਜੇ ਇਹਨਾਂ ਨੇ ਮੈਨੂੰ ਗਾਲਾਂ ਕੱਢ ਕੇ ਵੀਡੀਓ ਪਾਤੀ।
ਇਹ ਮਾਫੀ ਮੰਗ ਲੈਣ। ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਮਾਮਲੇ ਵਿੱਚ ਕੌਣ ਗਲਤ ਤੇ ਕੌਣ ਸਹੀ ਲੱਗਦਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਜਾਂ ਡਿਸਲਾਈਕ ਕਰ ਪ੍ਰੋਡਿਊਸਰ DXX ਮਾਮਲੇ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।